ਤੁਸੀਂ ਦੇਖ ਰਹੇ ਹੋ ਮਹਾਕਾਤਨ ਟੀਵੀ। ਹੈਲੋ ਬੱਚੋ, ਅੱਜ ਮੈਂ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਂਗੀ ਜਿਹਦਾ ਨਾਂ ਹੈ ਚਲਾਕ ਕੁੱਕੜ। ਬਹੁਤ ਸਮਾਂ ਪਹਿਲਾਂ ਇੱਕ ਜੰਗਲ ਵਿੱਚ ਗੱਪੀ ਨਾਂ ਦੀ ਇੱਕ ਲੋਮੜੀ ਰਹਿੰਦੀ ਸੀ। ਗੱਪੀ ਲੋਮੜੀ ਬਹੁਤ ਵੱਡੀ ਧੋਖੇਬਾਜ਼ ਸੀ। ਉਹ ਦੂਜੇ ਜਾਨਵਰਾਂ ਨਾਲ ਦੋਸਤੀ ਕਰ ਮੌਕਾ ਮਿਲਣ ਤੇ ਉਹਨਾਂ ਨੂੰ ਖਾ ਜਾਂਦੀ ਸੀ। ਇੱਕ ਵਾਰੀ ਗੱਪੀ ਲੋਮੜੀ ਨੂੰ ਬਹੁਤ ਦਿਨਾਂ ਤੋਂ ਖਾਣ ਵਾਸਤੇ ਕੋਈ ਸ਼ਿਕਾਰ ਨਹੀਂ ਲੱਭਿਆ। ਇਸ ਕਾਰਨ ਉਹਦਾ ਭੁੱਖ ਤੋਂ ਬੁਰਾ ਹਾਲ ਹੋ ਗਿਆ ਸੀ ਤੇ ਕਿਉਂਕਿ ਉਹ ਭਰੋਸੇ ਦੇ ਲਾਇਕ ਨਹੀਂ ਸੀ, ਇਸ ਕਰਕੇ ਕਿਸੇ ਨੇ ਉਹਦੀ ਮਦਦ ਨਹੀਂ ਕੀਤੀ। ਬਹੁਤ ਦਿਨਾਂ ਤੱਕ ਗੱਪੀ ਲੋਮੜੀ ਐਵੇਂ ਹੀ ਭੁੱਖੀ ਇੱਧਰ ਉੱਧਰ ਜੰਗਲ ਵਿੱਚ ਭਟਕਦੀ ਰਹੀ। ਉਦੋਂ ਹੀ ਉਹਨੇ ਵੇਖਿਆ ਕਿ ਇੱਕ ਕੁੱਕੜ ਰੁੱਖ ਦੀ ਉੱਚੀ ਟਾਹਣੀ ਤੇ ਬੈਠਾ ਹੋਇਆ ਹੈ। ਗੱਪੀ ਕੁੱਕੜ ਨੂੰ ਵੇਖ ਬਹੁਤ ਖੁਸ਼ ਹੋਈ ਤੇ ਸੋਚਣ ਲੱਗੀ, ਓਏ ਹੋਏ ਕੁੱਕੜ, ਇਹ ਮੇਰੇ ਵਾਸਤੇ ਕਿੰਨਾ ਵਧੀਆ ਭੋਜਨ ਹੋ ਸਕਦਾ ਹੈ। ਉਂਝ ਵੀ ਮੈਂ ਬਹੁਤ ਦਿਨਾਂ ਤੋਂ ਕੁੱਝ ਨਹੀਂ ਖਾਇਆ। ਕੁੱਕੜ ਨੂੰ ਵੇਖ ਗੱਪੀ ਲੋਮੜੀ ਬਹੁਤ ਖੁਸ਼ ਸੀ, ਪਰ ਉਦੋਂ ਹੀ ਉਹਨੇ ਵੇਖਿਆ ਕਿ ਰੁੱਖ ਬਹੁਤ ਉੱਚਾ ਹੈ ਤੇ ਦੁਖੀ ਹੋ ਕੇ ਕਹਿਣ ਲੱਗੀ, ਇਹ ਰੁੱਖ ਤਾਂ ਬਹੁਤ ਉੱਚਾ ਹੈ, ਹੁਣ ਮੈਂ ਇਸ ਕੁੱਕੜ ਨੂੰ ਖਾਵਾਂ ਵੀ ਤਾਂ ਕਿਵੇਂ। ਗੱਪੀ ਲੋਮੜੀ ਵਾਸਤੇ ਮੁਸ਼ਕਿਲ ਇਹ ਸੀ ਕਿ ਉਹ ਇੰਨੇ ਉੱਚੇ ਰੁੱਖ ਤੇ ਨਹੀਂ ਚੜ ਸਕਦੀ ਸੀ। ਇਹ ਸੋਚ ਕੇ ਉਹ ਬੋਲੀ, ਮੈਂ ਇੰਨੇ ਉੱਚੇ ਰੁੱਖ ਤੇ ਨਹੀਂ ਚੜ ਸਕਦੀ, ਹੁਣ ਮੈਨੂੰ ਕੁੱਝ ਵੀ ਕਰਕੇ ਇਸ ਕੁੱਕੜ ਨੂੰ ਰੁੱਖ ਤੋਂ ਲਾਣਾ ਹੀ ਪੈਣਾ। ਇਹ ਬੋਲ ਕੇ ਗੱਪੀ ਰੁੱਖ ਦੇ ਕੋਲ ਗਈ ਤੇ ਕੁੱਕੜ ਨੂੰ ਵੇਖ ਕੇ ਕਹਿਣ ਲੱਗੀ, ਓ ਕੁੱਕੜ ਵੀਰੇ, ਮੇਰੇ ਕੋਲ ਤੇਰੇ ਵਾਸਤੇ ਇੱਕ ਬਹੁਤ ਚੰਗਾ ਸੁਨੇਹਾ ਹੈ। ਇਹ ਸੁਣਦਿਆਂ ਹੀ ਕੁੱਕੜ ਗੱਪੀ ਨੂੰ ਵੇਖ ਕੇ ਪੁੱਛਣ ਲੱਗਿਆ, ਸੁਨੇਹਾ ਕਿਹੜਾ ਸੁਨੇਹਾ? ਹੁਣੇ ਕੁੱਝ ਸਮਾਂ ਪਹਿਲਾਂ ਹੀ ਸਵਰਗ ਤੋਂ ਸੁਨੇਹਾ ਆਇਆ ਹੈ ਕਿ ਅੱਜ ਤੋਂ ਬਾਅਦ ਜੰਗਲ ਵਿੱਚ ਸਾਰੇ ਮਿਲ ਜੁਲ ਕੇ ਰਹਿਣਗੇ ਤੇ ਕੋਈ ਕਿਸੇ ਨੂੰ ਵੀ ਨਹੀਂ ਖਾਊਗਾ। ਪਰ ਕੁੱਕੜ ਨੂੰ ਗੱਪੀ ਦੀ ਗੱਲ ਦਾ ਵਿਸ਼ਵਾਸ ਨਹੀਂ ਹੋਇਆ। ਫਿਰ ਵੀ ਉਹਨੇ ਗੱਪੀ ਨੂੰ ਕਿਹਾ, ਅੱਛਾ ਚਲੋ ਵਧੀਆ ਫਿਰ ਤਾਂ। ਕੁੱਕੜ ਦੇ ਇੰਨੇ ਠੰਡੇ ਜਵਾਬ ਨੂੰ ਸੁਣ ਕੇ ਗੱਪੀ ਸੋਚਾਂ ਵਿੱਚ ਪੈ ਗਈ। ਇਹ ਕੁੱਕੜ ਤਾਂ ਇੰਨਾ ਠੰਡਾ ਜਵਾਬ ਦੇ ਕੇ ਚੁੱਪ ਹੋ ਗਿਆ, ਇਹਨੂੰ ਥੱਲੇ ਲਾਉਣ ਵਾਸਤੇ ਮੈਨੂੰ ਕੁੱਝ ਹੋਰ ਕਰਨਾ ਪੈਣਾ। ਇਹ ਕਹਿ ਕੇ ਗੱਪੀ ਕੁੱਕੜ ਨੂੰ ਰੁੱਖ ਤੋਂ ਲਾਉਣ ਲਈ ਹੋਰ ਵੀ ਮਿੱਠੀ ਹੋ ਕੇ ਬੋਲੀ, ਕੁੱਕੜ ਵੀਰੇ, ਹੁਣ ਤੁਸੀਂ ਕਿਉਂ ਰੁੱਖ ਤੇ ਇਕੱਲੇ ਬੈਠੇ ਹੋ? ਹੁਣ ਤੇ ਸਭ ਨੂੰ ਨਾਲ ਰਹਿਣ ਦਾ ਸੁਨੇਹਾ ਆ ਗਿਆ ਹੈ। ਅੱਜ ਤੋਂ ਬਾਅਦ ਅਸੀਂ ਲੋਮੜੀਆਂ ਵੀ ਮੁਰਗੇ ਤੇ ਮੁਰਗੀਆਂ ਨੂੰ ਨਹੀਂ ਖਾਣਗੀਆਂ ਤੇ ਹੁਣ ਤੁਸੀਂ ਬਿਨਾਂ ਡਰੇ ਥੱਲੇ ਆ ਸਕਦੇ ਹੋ। ਗੱਪੀ ਦੇ ਮੂੰਹੋਂ ਇੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੁੱਕੜ ਦਾ ਭਰੋਸਾ ਹੋਰ ਪੱਕਾ ਹੋ ਗਿਆ ਕਿ ਗੱਪੀ ਝੂਠ ਬੋਲ ਰਹੀ ਏ। ਉਹਦਾ ਹੀ ਉਹਦੇ ਦਿਮਾਗ ਵਿੱਚ ਗੱਪੀ ਲੋਮੜੀ ਨੂੰ ਭਜਾਉਣ ਲਈ ਇੱਕ ਤਰਕੀਬ ਆਈ ਤੇ ਉਹਨੇ ਗੱਪੀ ਨੂੰ ਕਿਹਾ, ਵਾਹ ਗੱਪੀ ਭੈਣੇ, ਇਹ ਤਾਂ ਬਹੁਤ ਵਧੀਆ ਗੱਲ ਹੋ ਗਈ। ਉਹ ਦੇਖੋ ਤੁਹਾਡੇ ਵੀ ਕੁਛ ਯਾਰ ਤੁਹਾਨੂੰ ਮਿਲਣ ਆ ਰਹੇ ਨੇ। ਕੁੱਕੜ ਦੀ ਗੱਲ ਸੁਣ ਗੱਪੀ ਸੋਚਣ ਲੱਗੀ, ਮੇਰੇ ਯਾਰ, ਮੇਰੇ ਤਾਂ ਕੋਈ ਯਾਰ ਹੀ ਹੈ ਨੀ, ਇਹ ਕੁੱਕੜ ਕਿਹਦੀ ਗੱਲ ਕਰ ਰਿਹਾ ਹੈ? ਉਹਨੇ ਕੁੱਕੜ ਤੋਂ ਪੁੱਛਿਆ, ਕੁੱਕੜ ਵੀਰੇ, ਮੇਰੇ ਕਿਹੜੇ ਯਾਰ ਆ ਰਹੇ ਨੇ? ਇਹ ਸੁਣ ਕੁੱਕੜ ਗੱਪੀ ਨੂੰ ਛੇੜਦਾ ਹੋਇਆ ਕਹਿਣ ਲੱਗਾ, ਓਹੀ ਓ ਸ਼ਿਕਾਰੀ ਕੁੱਤੇ, ਜਿਨ੍ਹਾਂ ਤੋਂ ਬਚ ਕੇ ਤੁਸੀਂ ਹਮੇਸ਼ਾ ਭੱਜਦੇ ਰਹਿੰਦੇ ਹੋ, ਲੱਗਦਾ ਉਹੀ ਤੁਹਾਨੂੰ ਮਿਲਣ ਆ ਰਹੇ ਨੇ। ਸ਼ਿਕਾਰੀ ਕੁੱਤਿਆਂ ਦਾ ਨਾਂ ਸੁਣਦੇ ਹੀ ਗੱਪੀ ਡਰ ਦੇ ਮਾਰੇ ਕੰਬਣ ਲੱਗੀ। ਗੱਪੀ ਨੂੰ ਕੰਬਦਾ ਦੇਖ ਕੁੱਕੜ ਉਹਨੂੰ ਕਹਿਣ ਲੱਗਿਆ, ਕੀ ਗੱਲ ਲੋਮੜੀ ਭੈਣੇ, ਤੁਸੀਂ ਇੰਨਾ ਘਬਰਾ ਕਿਉਂ ਗਏ? ਹੁਣ ਤਾਂ ਸਵਰਗ ਤੋਂ ਸੁਨੇਹਾ ਵੀ ਆ ਗਿਆ। ਹਾਂ ਹਾਂ ਸੁਨੇਹਾ ਤਾਂ ਆ ਗਿਆ ਹੈ, ਪਰ ਹੋ ਸਕਦਾ ਹੈ ਇਹਨਾਂ ਕੁੱਤਿਆਂ ਨੇ ਸੁਨੇਹਾ ਨਾ ਸੁਣਿਆ ਹੋਵੇ। ਇਹ ਕਹਿ ਕੇ ਗੱਪੀ ਲੋਮੜੀ ਸ਼ਿਕਾਰੀ ਕੁੱਤਿਆਂ ਦੇ ਡਰ ਦੇ ਮਾਰੇ ਉੱਥੋਂ ਦੀ ਭੱਜ ਗਈ ਤੇ ਕੁੱਕੜ ਆਪਣੀ ਚਲਾਕੀ ਦੇ ਕਾਰਨ ਧੋਖੇਬਾਜ਼ ਲੋਮੜੀ ਦਾ ਭੋਜਨ ਬਣਨ ਤੋਂ ਬਚ ਗਿਆ। ਤਾਂ ਬੱਚਿਓ, ਇਸ ਕਹਾਣੀ ਤੋਂ ਆਪਾਂ ਇਹ ਸਿੱਖਿਆ ਕਿ ਸਾਨੂੰ ਕਦੇ ਵੀ ਕਿਸੇ ਅਣਜਾਣ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡਾ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।